चल यार छड मैनू इहना सारी उम्र गल्लां ही कीतियां ने कदे कोई काम धंधा भी कीता काम धंधा मैं तां काका बड़े काम कीते की काम कीता तू बोल केड़े काम बारे पुछणा मैं पहला काम दा पुछणा तू पुलिस च भर्ती हुंदा सी पुलिस च लाया भाई मैं 3 महीने सिर्फ 3 महीने 3 महीने लाया पंजाब पुलिस च वीरे फिर नौकरी छड्डती सी क्यों बड़ी टफ जॉब है यार बहुत औखी है नौकरी किवें काम बहुत सख्त है 24 घंटे बैरल सी बैरल सा ना दिवाली दी छुट्टी ना दशहरे दी छुट्टी ना 26 जनवरी नु घरें जा सकदे आ ना 15 अगस्त दी छुट्टी है ना एतवार कोई 24 घंटे ड्यूटी ड्यूटी जदों कदे बड़े मंत्री ने आउणा हुंदा आ सड़कां दीआं पुलियां ते अद्धा खड़ा हुंदे ने गड्ढ के थल्ले भावें कीड़ियां होण खड़े रहो जी इत्थे खड़े रहो 10 दिनां बाद मंत्री तां दी जहाज ते लंघ जां थल्ले खड़ना की फायदा होया जवाकां वांगू जहाज देखण खड़ाया वी हो गया छड्डती नौकरी है यार नौकरी छड्डती निक्की जी गल पिछे तू नौकरी छड्डना लगता नहीं असल गल दस असल कारण की सी नौकरी छड्डी क्यों असली पुछेगा असली कारण पुछ गया तू मैं जेड़े थाने च मेरी ड्यूटी सी हाँ। उथे सीआईडी आई हाँ। कि नाल दे पिंड च कोई भुक्की वाला भुक्की दी बोरी बेचदा फिरदा और मैं क्या मेरे हुंदे मेरे इलाके च कोई नशा बेच जे हो ही नहीं सकदा मैं 4 सिपाही नाल लए छापा मारिया अच्छा छुट्टी बड़ी इस करके मैं भुखियाल दे नाल हो गया बस मैं भुखियाल दी गिच्ची च हाथ पा लिया भुखियाल दा सारा दिमाग काम कर गया उन्हें पिछे 50 दा नोट सुट्टा सी 3-4 जने नोट चोल जगह 4 किलोमीटर लंघ गया यार माड़ी जदों मेरे बापू ना मेरे बेबे ना लड़दा मेरी बेबे यही गल कहिंदी आ पुत्तियां दे आवे कंजर दे आवे तू कित्थों ग्रहण लग गया इह ग्रहण ही हो गया जी फिर मेरे बापू जी अच्छा फिर की होया फिर कटापा होर की प्रसाद मिलना सी अगला पीड़ पंजाबी साडी मां बोली दा पंजाबी वाले साडे ज्ञानी बचन सिंह जी मैनूं कहिंदे खड़ा हो पुत फीस माफी दी अर्जी सुना तू सुनाती मैं कहा माड़ी अद्धी फीस दी या पूरी दी कहने जेड़ी मर्जी सुना पर अर्जी सुना अच्छा मैं कहा ये सुना देना सेवा बिखे कौमा वेरी गुड उदू थले लैंच फिर कौमा उदू थले च फिर कौमा उदू थले लैंच डंडी ਉਹ ਤੋਂ ਬਾਅਦ ਇੱਕ ਕੌਮਾ ਦੋ ਡੰਡੀਆਂ ਜੀ ਉਹ ਤੋਂ ਬਾਅਦ ਦੋ ਕੌਮੇ ਇੱਕ ਡੰਡੀ ਜੀ ਫਿਰ ਇੱਕ ਕੌਮਾ ਇੱਕ ਡੰਡੀ ਫਿਰ ਇੱਕ ਕੌਮਾ ਤੇ ਦੋ ਡੰਡੀਆਂ ਜੀ ਉਹ ਤੋਂ ਬਾਅਦ ਰੋਲ ਨੰਬਰ 15 ਤੁਹਾਡਾ ਕੌਮਾ ਜੀ ਆਗਿਆਕਾਰ ਤੁਹਾਡਾ ਡੰਡੀ ਜੀ ਮੇਰੀ ਗੱਲ ਸੁਣ ਆ ਸੇਵਾ ਵੇਖੇ ਤੋਂ ਬਾਅਦ ਕੌਮੇ ਡੰਡੀਆਂ ਆਈ ਜਾਂਦੇ ਨੇ ਵਿਚਾਲਾ ਮਟੀਰੀਅਲ ਕਿੱਥੇ ਗਿਆ ਮੈਂ ਕਿਹਾ ਮਾਡਰੀ ਹਜੇ ਪਰਸੋਂ ਯਾਦ ਕਰਨ ਲੱਗਿਆ ਜੀ ਹਜੇ ਕੌਮੇ ਡੰਡੀਆਂ ਯਾਦ ਹੋਏ ਨੇ ਵਿੱਚੋਂ ਭਰਨੀ ਹੈ ਹਜੇ ਕਹਿੰਦੇ ਚੱਲ ਠੀਕ ਹੈ ਵਿੱਚੋਂ ਬਾਅਦ ਚ ਭਰ ਲਈ ਤੂੰ ਇਦਾਂ ਕਰ ਲਾਲਚੀ ਕੁੱਤੇ ਦੀ ਕਹਾਣੀ ਸੁਣਾ ਤੂੰ ਸੁਣਾਤੀ ਗਰੀਡੀ ਡੌਗ ਕਿਵੇਂ ਸੁਣਾਈ ਮੈਂ ਕਿਹਾ ਮਾੜੀ ਜੀ ਇੱਕ ਕੁੱਤਾ ਸੀ ਜੀ ਉਹ ਕੁੱਤੇ ਨੂੰ ਲੱਗੀ ਭੁੱਖ ਜੀ ਕੁੱਤਾ ਸੀ ਨੌਨ ਵੈਜੀਟੇਰੀਅਨ ਜੀ ਉਹ ਮੀਟ ਮੂਟ ਖਾ ਲੈਂਦਾ ਸੀ ਉਹ ਮੀਟ ਵਾਲੀ ਦੁਕਾਨ ਤੇ ਗਿਆ ਜੀ ਉਹ ਕੁੱਤੇ ਨੇ ਚੋਰੀਆਂ ਅੱਖ ਜੀ ਬਚਾ ਕੇ ਇੱਕ ਮੀਟ ਦੀ ਬੋਟੀ ਚੱਕ ਲਈ ਮੈਂਟਰ ਜੀ ਉਹ ਕੁੱਤੇ ਨੇ ਸੋਚਿਆ ਚੱਲ ਮੀਟ ਦੀ ਬੋਟੀ ਤਾਂ ਚੱਕ ਹੀ ਲਈ ਹੁਣ ਸ਼ਹਿਰ 'ਚ ਭੀੜ ਜੀ ਹੈ ਸ਼ਹਿਰ ਦੇ ਬਾਹਰ ਨਹਿਰ ਦੇ ਕਿਨਾਰੇ ਬਹਿ ਕੇ ਵਧੀਆ ਫੰਕਸ਼ਨ ਜਾਂ ਕਰਕੇ ਖਾਵਾਂਗੇ ਅੱਛਾ ਜਾਂਦੇ ਜਾਂਦੇ ਮਾਟਰ ਜੀ ਕੁੱਤੇ ਨੇ ਠੇਕੇ ਤੋਂ ਵਧੀਆ ਲੈ ਲਿਆ ਜੀ ਅਗਿਆ ਕਿੱਥੋਂ ਲੈ ਲਿਆ ਉਸੇ ਠੇਕੇ ਤੋਂ ਮਾਟਰ ਜੀ ਜਿੱਥੋਂ ਤੁਸੀਂ ਲੈਣੇ ਨੇ ਸ਼ਹਿਰ ਛੁੱਟੀ ਤੋਂ ਬਾਅਦ ਜੀ ਤੇ ਉਹ ਤੋਂ ਬਾਅਦ ਜੀ ਮਾਟਰ ਜੀ ਉਹ ਚਲਾ ਗਿਆ ਜੀ ਨਹਿਰ ਤੇ ਜੀ ਉਹ ਕੁੱਤੇ ਨੇ ਨਹਿਰ 'ਚ ਆਪਣਾ ਪਰਛਾਵਾਂ ਦੇਖਿਆ ਜੀ ਉਹ ਪਰਛਾਵੇਂ ਵਾਲੇ ਕੁੱਤੇ ਕੋਲੇ ਵੀ ਇੱਕ ਅਧੀਆ ਤੇ ਇੱਕ ਮੀਟ ਦੀ ਬੋਟੀ ਸੀ ਉਹ ਕੁੱਤਾ ਲਾਲਚ 'ਚ ਆ ਗਿਆ ਵੀ ਉਹਦੇ ਕੋਲੋਂ ਅਧੀਆ ਖੋਲਣੇ ਕੁੱਤੇ ਕੋਲੋਂ ਚਾ ਰੋਟੀ ਖਾਣ ਜੋਗੇ ਹੋ ਜਾਗੇ ਜੀ ਉਹ ਤੋਂ ਬਾਅਦ ਜੀ ਉਹ ਕੁੱਤਾ ਉਹਨੂੰ ਭੌਂਕਣ ਲੱਗ ਗਿਆ ਜੀ ਉਹਦੀ ਆਪਦਾ ਮੀਟ ਤੇ ਆਪਦੇ ਅਧੀਆ ਵੀ ਸਾਰਾ ਡਾ ਪਾਣੀ 'ਚ ਡਿੱਗ ਗਿਆ ਜੀ ਉਹਦਾ ਸਾਰਾ ਕੁੱਤੇ ਦਾ ਮਨੋਰੰਜਨ ਖਰਾਬ ਹੋ ਗਿਆ ਜੀ ਇਹ ਵੈਸੇ ਤੂੰ ਕਹਾਣੀ ਸੁਣਾਈ ਨਹੀਂ ਕਹਾਣੀ ਪਾਤੀ ਸਾਰਿਆਂ ਦੇ ਅੱਗੇ ਹੁਣ ਐਵੇਂ ਹੀ ਦੱਸ ਦੇ ਵੀ ਤੂੰ ਸਿੱਖਿਆ ਕੀ ਮਿਲਦੀ ਹੈ ਇਹ ਤੋਂ ਮੈਂ ਕਿਹਾ ਮੈਡਰ ਜੀ ਇਹੀ ਸਿੱਖਿਆ ਮਿਲਦੀ ਹੈ ਜਿਹੜਾ ਚੋਰੀ ਦਾ ਮਾਲ ਹੈ ਛੇਤੀ ਹਜਮ ਕਰਨਾ ਚਾਹੀਦਾ ਲੰਬੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਜੀ ਨਹੀਂ ਤਾਂ ਫਿਰ ਰਵੀ ਸਿੱਧੂ ਵਾਂਗੂ ਔਖਾ ਹੋ ਜਾਂਦਾ ਜੀ ਮਾਡਰ ਜੀ ਮੇਰੀ ਵੈਸੇ ਬੜਾ ਇੰਟੈਲੀਜੈਂਟ ਹੈ ਤੂੰ ਇਸੇ ਕਰਕੇ ਕੁਝ ਸਵਾਲ ਆਏ ਨੇ ਦੋ ਸਵਾਲ ਤੋਂ ਪਹਿਲਾਂ ਗੱਲ ਕਰਦੇ ਪੋਲਿਟਿਕਸ ਦੀ ਪੋਲਿਟਿਕਸ ਦੀ ਰਾਜਨੀਤੀ ਦੀ ਰਾਜਨੀਤੀ ਤਾਂ ਅੱਜ ਕੱਲ ਪਿਆਰ 'ਚ ਵੜ ਗਈ ਭਾਈ ਸਾਹਿਬ ਪਿਆਰ 'ਚ ਰਾਜਨੀਤੀ ਦੀ ਗੱਲ ਹੀ ਨਾ ਪੁੱਛ ਕਿਵੇਂ ਪਿਆਰ ਉਹ ਰਾਜਨੀਤੀ ਦਾ ਪਿਆਰ ਦੇ ਵਿੱਚ ਦਖਲ ਹੋ ਗਿਆ ਕਿਵੇਂ ਯਾਰ ਪਿੱਛੇ ਜੇ ਮੈਂ ਗੁਲਾਬ ਦਾ ਫੁੱਲ ਲਿਆ ਕਮਲ ਦਾ ਫੁੱਲ ਲਿਆ ਕਮਲ ਦਾ ਫੁੱਲ ਲੈ ਕੇ ਮੈਂ ਕੁੜੀ ਕੋਲੇ ਗਿਆ ਬੜੇ ਪਿਆਰ ਦੇ ਨਾਲ ਜਾ ਕੇ ਉਹਨੂੰ ਭੇਟਾ ਕੀਤਾ ਕਮਲ ਦਾ ਫੁੱਲ ਕੁੜੀ ਨੂੰ ਭੇਟ ਕੇ ਹਾਂ ਹਾਂ ਉਹਨੇ ਯਾਰ ਮੇਰੇ ਤਾੜ ਕਰਦਾ ਥੱਪੜ ਮਾਰਿਆ ਯਾਰ ਅੱਛਾ ਹੁਣ ਦੇਖ ਯਾਰ ਮੈਂ ਉਹਨੂੰ ਯਾਰ ਗੁਲਾਬ ਦਾ ਫੁੱਲ ਮਤਲਬ ਭਾਜਪਾ ਦਾ ਚੋਣ ਨਿਸ਼ਾਨ ਭੇਂਟ ਕੀਤਾ ਸੀ ਹੁਣ ਇਹ ਕਾਂਗਰਸ ਵਾਲਾ ਮੋੜ ਤਾਂ ਯਾਰ ਹੁਣ ਰਾਜਨੀਤੀ ਵਿੱਚ ਦਖਲ ਹੋਈ ਨਹੀਂ ਗਈ ਮਤਲਬ ਤੈਂ ਉਹਨੂੰ ਫੁੱਲ ਫੜਾਇਆ ਕੁੜੀ ਨੂੰ ਭਾਜਪਾ ਦਾ ਚੋਣ ਨਿਸ਼ਾਨ ਕੁੜੀ ਨੇ ਤੇਰੇ ਵੱਟ ਕੇ ਚਪੇੜ ਮਾਰੀ ਕਾਂਗਰਸ ਦਾ ਹੱਥ ਮੋੜਤਾ ਪੰਜਾ ਬਣ ਗਿਆ ਇਹਦਾ ਬਚਾਅ ਹੋ ਗਿਆ ਕਾਕਾ ਤੇਰੀ ਕਿਸਮਤ ਚੰਗੀ ਸੀ ਕਿਵੇਂ ਸ਼ੁਕਰ ਕਰ ਕੁੜੀ ਕੋਲੇ ਕੋਈ ਕਾਮਰੇਡਾਂ ਦਾ ਚੋਣ ਨਿਸ਼ਾਨ ਨਹੀਂ ਸੀ ਕਿਹੜਾ ਦਾਤੀ ਥੋੜਾ ਵੱਢ ਦਿੰਦੀ ਬਾਈ ਬਚਾਅ ਹੋ ਗਿਆ ਜੇ ਕਿਤੇ ਬੀਐਸਪੀ ਵਾਲਾ ਹੱਥ ਹੀ ਹੁੰਦਾ ਤਾਂ ਵੀ ਮੱਦ ਦਿੰਦੀ ਆ ਇਹਦਾ ਬਚਾਅ ਹੋ ਗਿਆ ਤੇਰਾ ਵੈਸੇ ਵੀ ਆਪਣੀ ਰਾਜਨੀਤੀ ਦੇਖੋ
राजनीति साड़ी बहुत कॉमेडी की करिए हुण इत्थे की है बाहरले मुल्कां दे जिहड़े लीडर ने आ सोहणे सोहणे लाल पाए हुंदे मां दे पुत मूंह लाल टाई लगी हुंदी है सोहणे सोहणे आ साडे वाले इत्थे 70 साल दे नूं टिकट मिलदी है 75 साल दे नूं चांस मिलदा 80 साल दे गोडे बदल जांदे की करोगे दसो इह गोडे किवें बदल जांदे ने गोडे घस क्यों जांदे ने यार गोडे घसण क्यों ना अजकल सांझियां सरकारां काका दूजियां पार्टियां ने मिन्नतां कर करदे गोडे घसणे भैण बण के 6 महीने होर चला लैणगे हजे तां खर्चा भी नहीं पूरा होया गोडे की करनगे काका आ पिछे जे बल्गारिया दे राष्ट्रपति इंडिया च आए जी लो जी उत्थे रेड कारपेट पिछे एयरपोर्ट ते है राष्ट्रपति बल्गारिया दा प्लेन आया खड़ा उहदा बूहा खुल्लिया प्लेन दा मुंडड़ा खुंडड़ा जा जमी विश विश करके सारियां पौड़ियां प्लेन दियां उतरे एक मिनट च उधरों वाजपाई साहब अपने पूरे मंत्री मंडल समेत चल पे उहनूं लैण वास्ते लो जी लो वाजपाई साहब आपदे वल्लों भज्जे जांदे आ लै लो जी उहदे कोल पहुंच गए पहुंच के जी उन्होंने पूछा भी की हाल चाल है ठीक है हम उन्होंने लैके मुड़ना रिसीव करके मुड़ना कि जिम्मे कद्दू वाले ट्रैक्टर मोड़ी एक टायर का ब्रेक दब के जब वाजपेयी साहब थोड़ी जी उंगलों तह चक देन भंगड़ा ही पाते जाते हैं।